ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਵਿੱਚ ਜੰਗੇ ਆਜ਼ਾਦੀ ਯਾਦਗਾਰ ਦੇ ਦੂਜੇ ਫੇਸ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀਆਂ ਸਮੇਤ ਕਈ ਸਾਂਸਦ ਵੀ ਮੌਜੂਦ ਸਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮਾਰਕ ਸੂਬੇ ਵਿੱਚ ਸੈਲਾਨੀ ਖੇਤਰ ਨੂੰ ਇੱਕ ਵੱਡਾ ਹੁਲਾਰਾ ਦੇਵੇਗਾ ਅਤੇ ਵਿਸ਼ਵ ਟੂਰਿਸਟ ਦੇ ਨਕਸ਼ੇ ਤੇ ਕਰਤਾਰਪੁਰ ਦਾ ਨਾਂ ਆਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਮਾਰਕ ਨੌਜਵਾਨਾਂ ਨੂੰ ਸੂਰਬੀਰਤਾ, ਦੇਸ਼ ਭਗਤੀ ਅਤੇ ਬਲੀਦਾਨ ਦੀ ਵਿਰਾਸਤ ਨਾਲ ਜਾਣੂ ਕਰਵਾਉਣ ਵਿੱਚ ਪ੍ਰੇਰਕ ਦੇ ਰੂਪ ਵਿੱਚ ਵੀ ਕੰਮ ਕਰੇਗਾ, ਜੋ ਕਿ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੇ ਪਿੱਛੇ ਦੀ ਸ਼ਕਤੀ ਸੀ। ਇਸ ਮੌਕੇ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਰਾਣਾ ਗੁਰਜੀਤ ਸਿੰਘ ਸਮੇਤ ਹੋਰ ਕਈ ਕਾਂਗਰਸੀ ਨੇਤਾ ਵੀ ਮੌਜੂਦ ਸਨ। ਉਦਘਾਟਨ ਕਰ ਰਹੇ ਹਾਂ, ਦੂਜਾ ਹਿੱਸਾ ਜਿਹੜਾ ਬਣਾਇਆ ਸੀ, ਪਹਿਲਾ ਹਿੱਸਾ ਹੋ ਚੁੱਕਿਆ ਸੀ, ਦੂਜਾ ਹਿੱਸਾ ਅੱਜ ਔਰ ਤੀਜਾ ਹਿੱਸਾ ਅਸੀਂ ਸਾਰੇ ਇਸ ਨੂੰ ਅੱਜ ਮੈਂ ਸਮਝ ਰਿਹਾ ਕਿ ਮੈਂ ਕਹਿ ਸਕਦਾ ਕਿ ਅੱਜ ਹੀ ਉਹਦੀ ਸ਼ੁਰੂਆਤ ਅਸੀਂ ਕਰਨਾ ਚਾਹੁੰਦੇ ਹਾਂ ਔਰ ਜੋ ਤੁਸੀਂ ਪੈਸਾ ਮੰਗੋਗੇ ਉਹਦੇ ਵਾਸਤੇ ਉਹ ਅਸੀਂ ਦੇਵਾਂਗੇ। ਇੱਕ ਗੱਲ ਆਪਾਂ ਕਦੇ ਵੀ ਨਹੀਂ ਭੁੱਲ ਸਕਾਂਗੇ, ਤੁਸੀਂ ਗੱਲਾਂ ਤੁਸੀਂ ਆਂਕੜੇ ਸਾਰੇ ਦੱਸ ਦਿੱਤੇ ਸਾਨੂੰ, ਤੁਸੀਂ ਵਾਕਿਆਤ ਸਾਨੂੰ ਦਿੱਤੇ, ਪਰ ਸਾਡੇ ਬੰਦੇ ਸਾਡੇ ਵਰਗੇ ਜਿਨ੍ਹਾਂ ਨੇ ਇਸ ਇਤਿਹਾਸ ਬਾਰੇ, ਆਪਣੇ ਦੇਸ਼ ਦੇ ਆਜ਼ਾਦੀ ਦੇ ਇਤਿਹਾਸ ਬਾਰੇ ਕੁਛ ਪੜ੍ਹਿਆ ਯਾਦ ਤਾਂ ਹੈ ਨਹੀਂ, ਕਿਉਂਕਿ ਮੈਂ ਤਾਂ ਬਹੁਤ ਛੋਟਾ ਸੀ ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ, ਮੇਰੀ ਤਾਂ ਸਿਰਫ 5 ਸਾਲ ਦੀ ਉਮਰ ਸੀ। ਲੇਕਿਨ ਉਹ ਤੋਂ ਬਾਅਦ ਇੰਨਾ ਕੁਛ ਪੜ੍ਹਿਆ, ਇੰਨਾ ਕੁਛ ਦੇਖਿਆ, ਇੰਨਾ ਕੁਛ ਸੁਣਿਆ ਕਿ ਜਦੋਂ ਇਹੋ ਜਿਹੀ ਗੱਲਾਂ ਇਹੋ ਜਿਹੀ ਜਗ੍ਹਾ ਜਾਂਦੇ ਹਾਂ ਤਾਂ ਬੜਾ ਇੱਕ